ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਾਰਤਾਲਾਪ ਦਾ ਵਿਸ਼ਾ ਹੈ ਮਾਈ ਭਾਗ ਕੌਰ ਦੇ ਵਾਰਿਸ। ਹਾਏ ਸਿਮਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਸਿਮਰਨ ਯਾਰ, ਤੂੰ ਇਹਨਾਂ ਸਾਰੇ ਦਿਨ ਵਾਹਿਗੁਰੂ ਵਾਹਿਗੁਰੂ ਹੀ ਲੱਗੀ ਰਹਿੰਦੀ ਹੈ। ਫਿਰ ਕੀ ਹੋਇਆ ਪੁੱਤਰ, ਇਸਨੇ ਸਿਰਫ ਫਤਿਹ ਹੀ ਤਾਂ ਬੁਲਾਈ ਹੈ। ਹਾਂ ਭੈਣੇ, ਵਾਹਿਗੁਰੂ ਉਚਾਰਦਿਆਂ ਤਾਂ ਉਸ ਪਰਮਾਤਮਾ ਦੀ ਓਟ ਦਾ ਹਮੇਸ਼ਾ ਅਹਿਸਾਸ ਹੁੰਦਾ ਰਹਿੰਦਾ ਹੈ। ਇਹ ਸਾਰਾ ਸੰਸਾਰ ਉਸੇ ਹੀ ਤਾਂ ਹੁਕਮ ਵਿੱਚ ਚੱਲਦਾ ਹੈ, ਤੇ ਤੂੰ ਅੰਮ੍ਰਿਤਪਾਲ ਇਸ ਵੇਲੇ ਕਿੱਧਰ ਜਾ ਰਹੀ ਹੈ? ਇਹ ਗੱਲ ਕਹਾ ਯਾਰ, ਮੈਨੂੰ ਅੰਮ੍ਰਿਤਪਾਲਾ ਕਿਆ ਕਰ ਕੌਣੀ ਐਮੀ ਕਿਉਂ? ਅੰਮ੍ਰਿਤਪਾਲ ਇੰਨਾ ਪਿਆਰਾ ਤਾਂ ਨਾਮ ਹੈ ਕਿ ਸੁਣਦਿਆਂ ਹੀ ਕੰਨਾਂ ਵਿੱਚ ਅੰਮ੍ਰਿਤ ਘੁਲਦਾ ਹੋਇਆ ਪ੍ਰਤੀਤ ਹੁੰਦਾ ਹੈ। ਬਟ ਅੰਮ੍ਰਿਤਪਾਲ ਇਸ ਤੋਂ ਮਿਡਲ ਕਲਾਸ ਨੇ, ਸੋ ਕੌਣ ਨੇ ਐਮੀ ਓਕੇ। ਅੰਮ੍ਰਿਤਪਾਲ ਦਰਖਤ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਪਰ ਜੇ ਉਸਦੀ ਜੜ ਕਮਜ਼ੋਰ ਹੋਵੇ ਤਾਂ ਉਹ ਛੇਤੀ ਹੀ ਸੁੱਕ ਜਾਂਦਾ ਹੈ। ਸਾਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ। ਯਾਰ ਤੂੰ ਵੀ ਨਾ ਪਤਾ ਨੀ ਬਾਬੇ ਆਦਮ ਵੇਲੇ ਦੀਆਂ ਗੱਲਾਂ ਕਿਉਂ ਕਰਦੀ ਰਹਿੰਦੀ ਹੈ। ਵਿਰਸਾ ਸੱਭਿਆਚਾਰ, ਪਰ ਤੂੰ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਅੱਧੀ ਰਾਤ ਨੂੰ ਕਿੱਧਰ ਜਾ ਰਹੀ ਹੈ? ਮੈਂ ਨਿਊ ਈਅਰ ਪਾਰਟੀ ਤੇ ਜਾ ਰਹੀ ਹਾਂ। ਪਰ ਇਹਨਾਂ ਕੱਪੜਿਆਂ ਦੇ ਵਿੱਚ ਕੀ ਬੁਰਾਈ ਹੈ? ਜ਼ਮਾਨਾ ਕਿੰਨਾ ਮਾਡਰਨ ਹੋ ਚੁੱਕਿਆ ਹੈ, ਪਰ ਤੇਰੀ ਸੋਚ ਹਜੇ ਵੀ ਉਹੀ ਸੂਟ ਸਲਵਾਰਾਂ ਵਿੱਚ ਟਿਕੀ ਹੋਈ ਹੈ। ਭੈਣ ਮੇਰੀਏ, ਇਹ ਜਿਹੜੇ ਕੱਪੜੇ ਤੂੰ ਪਾਏ ਹੋਏ ਨੇ, ਇਹ ਤਨ ਨੂੰ ਟੱਕ ਘੱਟ ਤੇ ਦਿਖਾ ਜ਼ਿਆਦਾ ਰਹੇ ਨੇ। ਤੇ ਰਹੀ ਗੱਲ ਸੂਟ ਸਲਵਾਰਾਂ ਦੀ, ਤਾਂ ਇਹ ਤਾਂ ਸਾਡਾ ਸੱਭਿਆਚਾਰ ਹੈ, ਤੇ ਇੱਕ ਸਿੱਖਾਂ ਦੀ ਧੀ ਤਾਂ ਦਸਤਾਰ ਜਾਂ ਚੁੰਨੀ ਨਾਲ ਹੀ ਫੱਬਦੀ ਹੈ। ਹਾਂ ਧੀ, ਇਸ ਦੀ ਗੱਲ ਸੋਲਾਂ ਨੇ ਸੱਚ ਹੈ। ਸਿਆਣੇ ਆਖਦੇ ਹਨ ਕਿ ਸਾਦੇ ਕੱਪੜਿਆਂ ਵਿੱਚ ਰਾਮ ਚੇਤੇ ਆਉਂਦਾ ਹੈ, ਤੇ ਭੜਕੀਲੇ ਕੱਪੜੇ ਪਾ ਕੇ ਕਾਮ ਚੇਤੇ ਆਉਂਦਾ ਹੈ। ਨਾਲੇ ਗੁਰਬਾਣੀ ਵਿੱਚ ਵੀ ਲਿਖਿਆ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜੀ ਹੈ, ਮੰਨਿਆ ਚਲੈ ਵਿਕਾਰ। ਕਿਹੋ ਜਿਹੇ ਕੱਪੜੇ ਸਾਨੂੰ ਕਦੀ ਨਹੀਂ ਪਾਉਣੇ ਚਾਹੀਦੇ ਜਿਨ੍ਹਾਂ ਨਾਲ ਦੂਸਰਿਆਂ ਦੇ ਮਨਾਂ ਵਿੱਚ ਵਿਕਾਰ ਚੱਲਣ। ਮੋਮ, ਯੂ ਆਰ ਇਨਸਲਟਿੰਗ ਮੀ ਨਾਓ, ਹੁਣ ਤੁਸੀਂ ਵੀ ਸ਼ੁਰੂ ਹੋ ਗਏ। ਇਟਸ ਸੋ ਇਟ। ਬੇਟਾ ਜੀ, ਤੁਸੀਂ ਇਸ ਦੀਆਂ ਗੱਲਾਂ ਦਾ ਬਿਲਕੁਲ ਬੁਰਾ ਨਾ ਮਨਾਉਣਾ, ਇਹ ਗੁੱਸੇ ਵਿੱਚ ਕਿਸੇ ਨੂੰ ਨਹੀਂ ਬਖਸ਼ਦੀ। ਸਗੋਂ ਮੈਨੂੰ ਤਾਂ ਤੁਹਾਡੇ ਤੇ ਬਹੁਤ ਖੁਸ਼ੀ ਹੈ। ਤੁਸੀਂ ਤੇ ਤੁਹਾਡੇ ਵਰਗੀਆਂ ਕਈ ਹੋਰ ਧੀਆਂ ਨੇ ਸਾਡੇ ਅਨਮੋਲ ਸਿੱਖੀ ਵਿਰਸੇ ਤੇ ਸੱਭਿਆਚਾਰ ਨੂੰ ਸਾਂਭਿਆ ਹੋਇਆ ਹੈ, ਅਤੇ ਮੈਂ ਪਾਕਰ ਦੇ ਭਰਪੂਰੀਆਂ ਤੇ ਚੱਲਦੇ ਹਾਂ। ਨਹੀਂ ਨਹੀਂ ਆਂਟੀ ਜੀ, ਅਸੀਂ ਤਾਂ ਕੁਝ ਵੀ ਕਰਨ ਜੋਗੇ ਨਹੀਂ ਆ। ਇਹ ਸਭ ਕੁਝ ਤਾਂ ਵਾਹਿਗੁਰੂ ਜੀ ਨੇ ਆਪ ਹੀ ਕਿਰਪਾ ਕਰਕੇ ਸਾਨੂੰ ਇਸ ਰਾਹੇ ਪਾਇਆ ਹੈ। ਤੇ ਨਾਲੇ ਬਾਣੀ ਵਿੱਚ ਵੀ ਲਿਖਿਆ ਹੈ, ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਕਾਸ਼ ਧੀ ਤੂੰ ਮੇਰੀ ਕੁੱਖੋਂ ਜਨਮਿਆ ਹੁੰਦਾ, ਤਾਂ ਜੋ ਅੱਜ ਮੈਂ ਵੀ ਕਲਗੀਧਰ ਪਿਤਾ ਨੂੰ ਆਪਣਾ ਮੂੰਹ ਵੀ ਖਾਣ ਜੋਗੀ ਹੁੰਦੀ। ਰੱਬ ਤੇਰੇ ਵਰਗੀ ਧੀ ਤਾਂ ਹਰ ਕਿਸੇ ਨੂੰ ਦੇਵੇ। ਮੋਮ, ਵਟ ਆਰ ਯੂ ਸੇਇੰਗ? ਇਹ ਤੁਸੀਂ ਕੀ ਕਹਿ ਰਹੇ ਹੋ? ਤੁਹਾਡੀ ਸੋਚ ਨੂੰ ਹੋ ਕੀ ਗਿਆ? ਇਹ ਤੁਸੀਂ ਕੀ ਲਾਇਆ ਹੋਇਆ ਹੈ? ਸਿੱਖੀ ਸੱਭਿਆਚਾਰ ਮੈਂ ਭਾਗ ਕੌਰ, ਪਹਿਲਾਂ ਤਾਂ ਤੁਸੀਂ ਮੈਨੂੰ ਇਹਨਾਂ ਬਾਰੇ ਕਦੇ ਦੱਸਿਆ ਹੀ ਨਹੀਂ। ਇਹੀ ਤਾਂ ਮੇਰੀ ਗਲਤੀ ਹੈ, ਨਹੀਂ ਤਾਂ ਅੱਜ ਤੂੰ ਵੀ ਮੈਂ ਭਾਗ ਕੌਰ ਦੇ ਭਾਈ ਪੂਰਨੀਆਂ ਤੇ ਚੱਲਦੀ। ਮੋਮ, ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ? ਮੈਨੂੰ ਸਿਮਰਨ ਵਰਗਾ ਕਿਉਂ ਬਣਾਉਣਾ ਚਾਹੁੰਦੇ ਹੋ? ਕੁਝ ਸਮੇਂ ਪਹਿਲਾਂ ਤਾਂ ਆਪ ਇਸ ਨੂੰ ਓਲਡ ਫੈਸ਼ਨ ਕਹਿੰਦੇ ਸੀ, ਤੇ ਇਹ ਸਟੈਂਡਰਡ, ਇਹ ਹਾਈ ਲਾਈਫ ਸਟਾਈਲ, ਪਾਰਟੀਸ ਤੇ ਜਾਣਾ, ਬਿਊਟੀ ਪਾਰਲਰਸ ਤੇ ਜਾਣਾ, ਸਭ ਕੁਝ ਮੈਂ ਤੁਹਾਡੇ ਕੋਲੋਂ ਹੀ ਤਾਂ ਸਿੱਖਿਆ ਹੈ। ਇਹ ਸਾਰੀ ਗਲਤੀ ਤਾਂ ਮੇਰੀ ਹੈ,
ਮੈਂ ਹੀ ਤੈਨੂੰ ਚੰਗੇ ਸੰਸਕਾਰ ਨਹੀਂ ਦੇ ਪਾਈ। ਜੇਕਰ ਤੈਨੂੰ ਛੋਟੇ ਹੁੰਦੇ ਮੈਂ ਗੁਰੂ ਘਰ ਲੈ ਕੇ ਗਈ ਹੁੰਦੀ ਤਾਂ ਅੱਜ ਤੇਰਾ ਤੇ ਮੇਰਾ ਜੀਵਨ ਕੁਝ ਹੋਰ ਹੀ ਹੋਣਾ ਸੀ। ਅਤੇ ਇਸ ਵਿੱਚ ਮੈਂ ਤੇਰੀ ਵੀ ਕੀ ਗਲਤੀ ਕੱਢਾਂ? ਤੂੰ ਤਾਂ ਉਹੀ ਸਭ ਕੁਝ ਸਿੱਖਿਆ ਹੈ ਜੋ ਤੂੰ ਮੈਨੂੰ ਕਰਦੇ ਹੋਏ ਵੇਖਿਆ ਹੈ। ਨਹੀਂ ਨਹੀਂ ਆਂਟੀ ਜੀ, ਤੁਸੀਂ ਆਪਣੇ ਆਪ ਨੂੰ ਦੋਸ਼ ਨਾ ਦਵੋ। ਨਹੀਂ ਪੁੱਤਰ, ਇਹ ਤਾਂ ਤੇਰਾ ਵੱਡਪਨ ਹੈ ਜੋ ਤੂੰ ਇੰਜ ਕਹਿ ਰਹੀ ਹੈ। ਜੇ ਸੱਚ ਦੱਸਾਂ ਤਾਂ ਮੇਰੇ ਵਿਚਾਰਾਂ ਅੰਦਰ ਆਈ ਤਬਦੀਲੀ ਦਾ ਕਾਰਨ ਤੂੰ ਹੀ ਤਾਂ ਹੈ। ਮੋਮ, ਤੁਹਾਡੇ ਅੰਦਰ ਆਏ ਚੇਂਜ ਦਾ ਕਾਰਨ ਸਿਮਰਨ ਹੈ, ਇਹ ਕਿਵੇਂ ਮੇਰੇ ਕਾਰਨ? ਹਾਂਜੀ ਪੁੱਤਰ ਜੀ, ਤੁਹਾਨੂੰ ਯਾਦ ਹੈ ਉਹ ਘਟਨਾ ਜਦੋਂ ਤੁਸੀਂ ਕੁੜੀ ਦੀ ਇੱਜ਼ਤ ਬਚਾਈ ਸੀ? ਹਾਂਜੀ ਹਾਂਜੀ ਆਂਟੀ ਜੀ, ਮੈਨੂੰ ਉਹ ਦਿਨ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਕਿਵੇਂ ਕਲਗੀਧਰ ਪਿਤਾ ਨੇ ਆਪ ਹੀ ਉਹ ਕਲਾ ਵਰਤਾਈ ਸੀ। ਤੁਸੀਂ ਦੋਵੇਂ ਕਿਸ ਦਿਨ ਦੀਆਂ ਗੱਲਾਂ ਕਰ ਰਹੇ ਹੋ? ਤੇ ਇੰਨੇ ਕਿਸੇ ਕੁੜੀ ਦੀ ਜਾਨ ਬਚਾਈ ਸੀ ਤੇ ਕਿਵੇਂ? ਉਹ ਦਿਨ ਮੈਨੂੰ ਕਦੇ ਨਹੀਂ ਭੁੱਲਣਾ। ਉਸ ਦਿਨ ਇੱਕ ਕੁੜੀ ਪਿੱਛੇ ਕੁਝ ਗੁੰਡੇ ਪੈ ਗਏ ਸਨ। ਉਹ ਆਪਣੀ ਇੱਜ਼ਤ ਬਚਾਉਣ ਲਈ ਭੱਜ ਰਹੀ ਸੀ, ਪਰ ਇਹ ਬਾਜ਼ਾਰ ਵਿੱਚ ਕਿਸੇ ਅੰਨੇ ਰੰਨੀ ਹਿੰਮਤ ਨਹੀਂ ਸੀ ਕਿ ਉਹਨਾਂ ਪਾਪੀਆਂ ਦਾ ਸਾਹਮਣਾ ਕਰ ਸਕਣ। ਲੇਕਿਨ ਕਲਗੀਧਰ ਪਿਤਾ ਦੀ ਇਹ ਧੀ ਅੱਗੇ ਵਧੀ ਤੇ ਉਹਨਾਂ ਨੂੰ ਲਲਕਾਰਦਿਆਂ ਹੋਏ ਆਖਣ ਲੱਗੀ, ਜੇ ਅੱਗੇ ਵਧੇ ਤਾਂ ਤੁਹਾਨੂੰ ਇੱਥੇ ਹੀ ਢੇਰ ਕਰ ਦੇਵਾਂਗੀ। ਇਸਦਾ ਜੋਸ਼ ਵੇਖ ਕੇ ਸਾਰੇ ਦੇ ਸਾਰੇ ਗੁੰਡੇ ਉੱਥੇ ਭੱਜ ਨਿਕਲੇ। ਸਿਮਰਨ, ਤੈਨੂੰ ਬਿਲਕੁਲ ਡਰ ਨਹੀਂ ਲੱਗਿਆ? ਤੇਰੇ ਅੰਦਰ ਇੰਨਾ ਜੋਸ਼ ਕਿੱਧਰੋਂ ਆਇਆ? ਜੇ ਤੇਰੀ ਜਗ੍ਹਾ ਮੈਂ ਹੁੰਦੀ ਮੈਂ ਤਾਂ ਡਰ ਹੀ ਜਾਣਾ ਸੀ। ਭੈਣੇ, ਇਹ ਤਾਂ ਬਾਣੀ ਤੇ ਬਾਣੇ ਦੀ ਸ਼ਕਤੀ ਹੈ। ਉਸ ਦਿਨ ਜੋ ਕੁਝ ਵੀ ਗੁਰੂ ਪਾਤਸ਼ਾਹ ਨੇ ਮੇਰੇ ਕੋਲੋਂ ਕਰਵਾਇਆ ਉਹ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਦਾਤ ਅੰਮ੍ਰਿਤ ਦਾ ਹੀ ਕਮਾਲ ਸੀ ਤੇ ਮਾਤਾ ਭਾਗ ਕੌਰ ਦੇ ਜੀਵਨ ਤੋਂ ਹੀ ਮੈਨੂੰ ਇੰਨੀ ਪ੍ਰੇਰਨਾ ਮਿਲੀ ਕਿ ਮੈਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਮੈਂ ਜੰਗ ਦੇ ਮੈਦਾਨ ਵਿੱਚ ਖੜੀ ਹੋਵਾਂ। ਮਾਤਾ ਭਾਗ ਕੌਰ, ਇਹ ਕੌਣ ਹੈ? ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਓਤੀ ਹੋਈ ਸੀ ਜਿਨ੍ਹਾਂ ਨੇ ਖੰਡੇ ਵਾਟੇ ਦੇ ਪਾਹੁਲ ਨੂੰ ਛਕਿਆ ਤੇ 40 ਸਿੰਘਾਂ ਨਾਲ ਖਿਦਰਾਨੇ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਿੰਘਾਂ ਦਾ ਸਾਥ ਦਿੱਤਾ। ਮੁਗਲ ਫੌਜ ਹਜ਼ਾਰਾਂ ਦੀ ਗਿਣਤੀ ਵਿੱਚ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਦੇ ਕੁਝ ਇੱਕ ਸਿੰਘ ਤੇ ਮਾਤਾ ਭਾਗ ਕੌਰ ਸਨ। ਮਾਤਾ ਭਾਗ ਕੌਰ ਨੇ ਉਸ ਜੰਗ ਵਿੱਚ ਆਪਣੀ ਕਿਰਪਾ ਤੇ ਬਹੁਤ ਜੋਹਰ ਦਿਖਾਏ ਤੇ ਮੁਗਲਾਂ ਨੂੰ ਵੱਢਦੇ ਹੋਏ ਅੱਗੇ ਵਧੇ। ਉਸ ਜਗ੍ਹਾ ਨੂੰ ਮੁਕਸਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮਾਤਾ ਭਾਗ ਕੌਰ ਦੇ ਇਸ ਬਹਾਦਰੀ ਕਾਰਨਾਮੇ ਪਿੱਛੇ ਇਹਨਾਂ ਦੇ ਗੁਰੂਆਂ ਦੀ ਬਾਣੀ ਤੇ ਬਾਣੀ ਦੀ ਸ਼ਕਤੀ ਹੀ ਕੰਮ ਕਰ ਰਹੀ ਸੀ। ਤੈਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਇੰਨੀ ਜਾਣਕਾਰੀ, ਇਹ ਕਿਵੇਂ? ਇਹ ਸਭ ਕੁਝ ਮੇਰੇ ਮਾਤਾ ਪਿਤਾ ਨੇ ਹੀ ਮੈਨੂੰ ਸਿਖਾਇਆ ਹੈ। ਗੁਰਬਾਣੀ ਪੜ੍ਹਨੀ, ਸੇਵਾ ਕਰਨੀ, ਗੁਰੂ ਘਰ ਜਾਣਾ, ਇਹ ਸਭ ਕੁਝ ਮੈਂ ਉਹਨਾਂ ਤੋਂ ਹੀ ਸਿੱਖਿਆ ਹੈ। ਮੇਰੀ ਮਾਤਾ ਜੀ ਘਰ ਦਾ ਕੋਈ ਵੀ ਕੰਮ ਕਰਦੇ ਨਾਲ ਨਾਲ ਬਾਣੀ ਪੜ੍ਹਦੇ ਤੇ ਸਿਮਰਨ ਕਰਦੇ। ਰਾਤ ਨੂੰ ਸੌਣ ਲੱਗਿਆਂ ਗੁਰੂ ਸਾਹਿਬਾਨਾਂ ਦੀਆਂ, ਸ਼ਹੀਦ ਸਿੰਘਾਂ ਦੀਆਂ, ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਉਂਦੇ ਅਤੇ ਦੱਸਦੇ ਕਿ ਕਿਵੇਂ ਕਲਗੀਧਰ ਪਿਤਾ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਪਰ ਆਪਣਾ ਧਰਮ ਨਹੀਂ ਛੱਡਿਆ। ਮੈਨੂੰ ਮਾਣ ਹੈ ਕਿ ਮੈਨੂੰ ਇਹੋ ਜਿਹੇ ਗੁਰਸਿੱਖ ਮਾਤਾ ਪਿਤਾ ਵਜੋਂ ਮਿਲੇ ਨੇ। ਹਾਂ ਧੀ, ਇਸ ਦੀ ਗੱਲ ਬਿਲਕੁਲ ਸਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੀ ਖਾਤਰ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਅਤੇ ਆਪਣੇ ਚਾਰ ਪੁੱਤਰਾਂ ਨੂੰ ਸ਼ਹੀਦ ਹੁੰਦੇ ਹੋਏ ਵੇਖ ਕੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹਨਾਂ ਨੇ ਸਾਨੂੰ ਆਪਣੇ ਸਾਹਿਬਜ਼ਾਦਿਆਂ ਦਾ ਦਰਜਾ ਦਿੱਤਾ, ਪਰ ਅਫਸੋਸ ਅਸੀਂ ਉਹਨਾਂ ਵਰਗੇ ਕਦੀ ਬਣ ਹੀ ਨਹੀਂ ਸਕੇ। ਤੁਹਾਡੀ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਕਿਵੇਂ ਕਿੰਨਾ ਸਮਾਂ ਮੈਂ ਆਪਣੇ ਵਡਮੁੱਲੇ ਵਿਰਸੇ ਤੋਂ ਜਾਣ ਰਹੀ ਹਾਂ। ਮੈਨੂੰ ਪਛਤਾਵਾ ਹੈ ਕਿ ਕਿਉਂ ਮੈਂ ਮਨ ਭਾਕੋ ਦੇ ਪਰ ਪੂਰਨਿਆਂ ਦੀ ਨਹੀਂ ਚੱਲ ਸਕੀ। ਇਸ ਫੈਸ਼ਨ ਪ੍ਰਸਤੀ ਤੇ ਪਤਿਤ ਪੁਣੇ ਦੇ ਪਿੱਛੇ
ਕਲਗੀਧਰ ਪਿਤਾ ਤੋਂ ਮੁੱਖ ਮੋੜ ਬੈਠੀ। ਉਹ ਕਲਗੀਧਰ ਪਿਤਾ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਵਾਰਿਆ ਤਾਂ ਕੇਵਲ ਸਾਡੇ ਖਾਤਰ। ਕੋਈ ਨਾ, ਅਜੇ ਵੀ ਬਹੁਤੀ ਦੇਰ ਨਹੀਂ ਹੋਈ। ਤੁਸੀਂ ਸ਼ੁਕਰਾਨਾ ਕਰੋ ਗੁਰੂ ਸਾਹਿਬ ਦਾ ਕਿ ਉਹਨਾਂ ਨੇ ਤੁਹਾਨੂੰ ਚੰਗੇ ਸਮੇਂ ਤੇ ਚੰਗੀ ਸੋਚੀ ਬਖਸ਼ੀ। ਸਿਮਰਨ ਭੈਣੇ, ਅੱਜ ਤੇਰੀਆਂ ਇਹਨਾਂ ਗੱਲਾਂ ਨਾਲ ਮੈਂ ਆਪਣੇ ਸਿੱਖ ਇਤਿਹਾਸ ਨੂੰ ਜਾਣ ਸਕੀ ਹਾਂ ਤੇ ਅੱਜ ਤੋਂ ਮੈਂ ਇਹ ਪ੍ਰਣ ਕਰਦੀ ਹਾਂ ਕਿ ਅੰਮ੍ਰਿਤ ਚੱਕ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਬਣਾਂਗੀ ਅਤੇ ਮੈਂ ਭਾਗ ਕੌਰ ਦੇ ਭਾਈ ਪੂਨਿਆ ਤੇ ਚੱਲਣ ਦਾ ਯਤਨ ਕਰਾਂਗੀ। ਹਾਂ ਧੀਏ, ਤੇ ਮੈਂ ਵੀ ਇਹ ਪ੍ਰਣ ਕਰਦੀ ਹਾਂ ਕਿ ਗੁਰਮਤਿ ਸਿੱਖੀ ਸਿਧਾਂਤਾਂ ਦੇ ਵਿਰੁੱਧ ਸਾਰੇ ਉਲਟ ਕੰਮ ਛੱਡ ਕੇ ਮੁੜ ਸਿੱਖੀ ਦੇ ਰਾਹ ਪਵਾਂਗੀ ਅਤੇ ਹਰ ਇੱਕ ਮਾਂ ਨੂੰ ਇਹ ਦੱਸਾਂਗੀ ਕਿ ਉਹ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਗੁਰੂ ਘਰ ਲੈ ਕੇ ਜਾਣ, ਉਹਨਾਂ ਨੂੰ ਬਾਣੀ ਨਾਲ ਜੋੜਨ, ਉਹਨਾਂ ਨੂੰ ਸਿੱਖ ਇਤਿਹਾਸ ਦੱਸਣ, ਕਿਉਂਕਿ ਛੋਟੀ ਉਮਰੇ ਬੱਚੇ ਉਸ ਚਿਕਨੀ ਮਿੱਟੀ ਵਰਗੇ ਹੁੰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਉਹਨਾਂ ਨੂੰ ਰੱਬ ਵਰਗੀ ਗੁਰਮਤ ਮੂਰਤ ਬਣਾ ਸਕਦੇ ਹੋ, ਨਹੀਂ ਤਾਂ ਸ਼ੈਤਾਨ ਭਾਵ ਮਨਮੁੱਖ ਬਣਾ ਸਕਦੇ ਹੋ। ਫੈਸਲਾ ਸਾਡੇ ਹੱਥ ਵਿੱਚ ਹੈ, ਅਸੀਂ ਆਪਣੇ ਬੱਚਿਆਂ ਵਿੱਚ ਮਨਮਤ ਵੇਖਣਾ ਚਾਹੁੰਦੇ ਹਾਂ ਜਾਂ ਗੁਰਮਤ ਵੇਖਣਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਭਾਗ।